ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਆਪਾਂ ਸ਼ਿਮਲਾ ਮਿਰਚ ਦੀ ਭਰਵਾਂ ਸਬਜ਼ੀ ਬਣਾਵਾਂਗੇ। ਭਰਵਾਂ ਸ਼ਿਮਲਾ ਮਿਰਚ, ਉਹਦੇ ਲਈ ਆਪਾਂ ਸ਼ਿਮਲਾ ਮਿਰਚ ਲਈਆਂ ਨੇ। ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚੋਂ ਖਾਲੀ ਕਰਕੇ ਕੱਟ ਕੇ ਕਰ ਲਿਆ, ਵਿੱਚੋਂ ਵਿੱਚ ਵਗੈਰਾ ਕੱਢ ਕੇ ਧੋ ਲਿਆ ਹੋਇਆ ਆ। ਟਮਾਟਰ ਲਏ ਆ ਆਪਾਂ ਨੇ, ਆਲੂ ਲਏ ਆ ਤਿੰਨ ਆਪਾਂ ਨੇ, ਆ ਛਿੱਲੇ ਹੋਏ ਆ, ਅਤੇ ਪਿਆਜ਼ ਆ, ਪਿਆਜ਼ ਲਸਣ ਆਪਾਂ ਲਿਆ ਆ, ਲਸਣ ਛਿੱਲ ਕੇ ਆਪਾਂ ਉਹਦੇ ਵਿੱਚ ਪਾਤਾ ਹੋਇਆ ਚੋਪਰ ਦੇ ਵਿੱਚ। ਹੁਣ ਆਪਾਂ ਪਿਆਜ਼ ਕੱਟ ਕੇ, ਅਤੇ ਅਦਰਕ ਦਾ ਪੀਸ ਆਪਣੇ ਕੋਲ ਇੱਕ ਛੋਟਾ ਜਿਹਾ, ਇਹਨਾਂ ਨੂੰ ਆਪਾਂ ਚੋਪ ਕਰ ਲਾਂਗੇ। ਅਦਰਕ ਲਸਣ ਅਤੇ ਪਿਆਜ਼ ਨੂੰ ਆਪਾਂ ਚੋਪ ਕਰ ਲਾਂਗੇ ਕੱਟ ਕੇ। ਸ਼ਿਮਲਾ ਮਿਰਚ ਆਪਣੀ ਧੋ ਕੇ ਸਾਫ਼ ਕਰਕੇ ਆਪਾਂ ਨੂੰ ਮੁੱਧੀ ਰੱਖਿਆ ਹੋਇਆ, ਕਿਉਂਕਿ ਵਿੱਚੋਂ ਪਾਣੀ ਨਿਕਲ ਜਾਵੇ ਤਾਂ ਫਾਲਤੂ ਦਾ, ਕਿਉਂਕਿ ਆਪਾਂ ਨੂੰ ਤਲਣ ਵਿੱਚ ਤਾਂ ਦਿੱਕਤ ਨਾ ਆਵੇ। ਹੁਣ ਆਪਾਂ ਪਿਆਜ਼ ਚੋਪ ਕਰਾਂਗੇ ਪਹਿਲਾਂ, ਆਪਾਂ ਟਮਾਟਰ ਕੱਟ ਲਵਾਂਗੇ, ਟਮਾਟਰਾਂ ਨੂੰ ਆਪਾਂ ਬਰੀਕ ਕੱਟ ਲੈਣਾ ਇੱਦਾਂ ਹੀ। ਅਤੇ ਆਪਾਂ ਆਲੂ ਕੱਟ ਲੈਣੇ ਆ, ਆਲੂ ਵੀ ਆਪਾਂ ਬਰੀਕ ਬਰੀਕ ਕੱਟ ਲੈਣੇ ਆ, ਇੱਦਾਂ ਆਪਾਂ ਸਬਜ਼ੀ 'ਚ ਬਣਾ ਕੇ ਫਿਰ ਮੈਸ਼ ਕਰ ਲਵਾਂਗੇ ਇਹਨੂੰ। ਹੁਣ ਆਪਣਾ ਤੇਲ ਆਪਾਂ ਗੈਸ 'ਤੇ ਰੱਖਤਾ ਹੋਇਆ ਆ, ਥੋੜ੍ਹਾ ਜਿਹਾ ਗਰਮ ਹੋ ਜਾਵੇ ਇਹ। ਤੇਲ ਆਪਣਾ ਗਰਮ ਹੋ ਗਿਆ ਆ, ਇਹ 'ਚ ਆਪਾਂ ਹੁਣ ਪਾਵਾਂਗੇ ਜੀਰਾ ਥੋੜ੍ਹਾ ਜਿਹਾ, ਅਤੇ ਪਿਆਜ਼ ਪਾ ਦਾਂਗੇ, ਜਿਹੜੇ ਆਪਾਂ ਪਿਆਜ਼ ਲਸਣ ਅਤੇ ਅਦਰਕ ਚੋਪ ਕੀਤਾ ਹੋਇਆ ਆਪਾਂ ਵਿੱਚ ਪਾਤਾ ਇਹਦੇ, ਥੋੜ੍ਹਾ ਜਿਹਾ ਭੁੰਨਾਂਗੇ ਆਪਾਂ ਇਹਨੂੰ। ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਆਲੂ ਪਾ ਦੇਣੇ ਨੇ, ਜਿਹੜੇ ਆਲੂ ਆਪਾਂ ਨੇ ਕੱਟ ਕੇ ਰੱਖੇ ਹੋਏ ਆ ਬਰੀਕ, ਪਿਆਜ਼ਾਂ ਦੇ ਨਾਲ ਹੀ ਪਾ ਦਾਂਗੇ ਆਪਾਂ ਉਹ, ਕਿਉਂਕਿ ਉਹ ਵੀ ਬਣ ਜਾਣਗੇ ਨਾਲ ਦੀ ਨਾਲ ਵਿੱਚ। ਪਿਆਜ਼ ਦੇਖੋ ਆਪਣੇ ਹੋ ਚੱਲੇ ਆ ਥੋੜ੍ਹੇ ਜਿਹੇ, ਹੁਣ ਆਪਾਂ ਆਲੂ ਵੀ ਇਹਦੇ ਵਿੱਚ ਹੀ ਪਾ ਦਾਂਗੇ, ਬਰੀਕ ਬਰੀਕ ਕੱਟੇ ਹੋਏ ਆਪਣੇ, ਤਾਂ ਜੋ ਛੇਤੀ ਰਿੱਝ ਜਾਣ ਇਹ। ਇਹਨੂੰ ਆਪਾਂ ਇੱਦਾਂ ਹਿਲਾ ਕੇ ਚੰਗੀ ਤਰ੍ਹਾਂ ਕਰ ਲੈਣਾ ਆ। ਟਮਾਟਰ ਆਪਾਂ ਬਾਅਦ 'ਚ ਪਾਵਾਂਗੇ ਥੋੜ੍ਹਾ ਜਿਹਾ, ਕਿਉਂਕਿ ਆਲੂਆਂ ਦਾ ਮਿਕਸਚਰ ਹੈਗਾ ਜੇ ਵਿੱਚ, ਉਹਦੇ ਨਾਲ ਆਲੂ ਰਿੱਝ ਰਹੇ ਆ। ਹੁਣ ਆਪਾਂ ਵਿੱਚ ਮਿਰਚ, ਲੂਣ ਅਤੇ ਹਲਦੀ ਪਾ ਦੇਵਾਂਗੇ, ਇੱਕ ਚਮਚ ਆਪਾਂ ਨਮਕ ਪਾਇਆ ਆ, ਥੋੜ੍ਹੀ ਜਿਹੀ ਹਲਦੀ ਪਾਈ ਆ, ਅੱਧੇ ਚਮਚ ਮਿਰਚ ਪਾਈ ਆ। ਹੁਣ ਆਪਾਂ ਇਹਨੂੰ ਸਾਰੇ ਕਾਸੇ ਨੂੰ ਮਿਕਸ ਕਰਕੇ ਥੋੜ੍ਹਾ ਚਿਰ ਆਪਾਂ ਰਿੱਝਣ ਦੇਵਾਂਗੇ। ਟਮਾਟਰ ਵੀ ਆਪਾਂ ਵਿੱਚ ਪਾਤੇ, ਕਿਉਂਕਿ ਇਹਦੇ ਪਾਣੀ ਨਾਲ ਹੀ ਰਿੱਝ ਜਾਣਗੇ, ਆਪਾਂ ਪਾਣੀ ਹੋਰ ਨਹੀਂ ਪਾਉਣਾ ਹੈਗਾ। ਟਮਾਟਰ ਦਾ ਜਿਹੜਾ ਮਿਕਸਚਰ ਹੁੰਦਾ ਅਤੇ ਆਲੂ ਦਾ, ਇਹਦੇ ਨਾਲ ਹੀ ਆਪਣੀ ਸਬਜ਼ੀ ਬਣ ਜਾਣੀ ਆ। ਨੋਨ ਸਟਿਕ ਪੈਨ ਆਪਣਾ ਥੱਲੇ ਨਹੀਂ ਲੱਗੇਗੀ, ਇਹਨੂੰ ਆਪਾਂ ਢੱਕ ਦੇਣਾ ਹੁਣ ਆਪਾਂ ਨੇ। ਸੋ ਵੀ ਦੇਖੋ ਆਪਣੀ ਥੋੜ੍ਹੀ ਰਿੱਝ ਜੇ, ਥੋੜ੍ਹੀ ਜਿਹੀ ਕਸਰ ਹੋਰ ਆ ਜੇ, ਥੋੜ੍ਹਾ ਜਿਹਾ ਆਪਾਂ ਇਹਨੂੰ ਹੋਰ ਰਿਝਾਵਾਂਗੇ। ਆਲੂ ਆਪਣੇ ਥੋੜ੍ਹੇ ਕੱਚੇ ਨੇ, ਆਪਾਂ ਨੂੰ ਚੰਗੀ ਤਰ੍ਹਾਂ ਪੂਰੇ ਰਿੱਝੇ ਹੋਏ ਆਲੂ ਚਾਹੀਦੇ ਆ ਇਹਦੇ ਵਿੱਚ, ਕਿਉਂਕਿ ਆਪਾਂ ਮੈਸ਼ ਕਰਨੇ ਨੇ ਉਹ, ਚੰਗੀ ਤਰ੍ਹਾਂ ਆਪਾਂ ਮਸਾਲਾ ਬਣਾਉਣਾ ਆ, ਫਿਲਿੰਗ ਬਣਾਉਣੀ ਆ ਆਪਾਂ ਉਹਦੇ ਵਿੱਚ ਪਾਉਣ ਲਈ, ਸ਼ਿਮਲਾ ਮਿਰਚ ਫਿਰ ਭਰਨ ਲਈ। ਥੋੜ੍ਹਾ ਜਿਹਾ ਪਾਣੀ ਪਾਤਾ, ਕਿਉਂਕਿ ਪਾਣੀ ਸੁੱਕ ਗਿਆ ਸੀ ਵੀ ਥੱਲੇ ਨਾਲ ਲੱਗੇ ਇਹਦੇ, ਥੋੜ੍ਹਾ ਜਿਹਾ ਪਾਣੀ ਪਾਇਆ ਆਪਾਂ ਵਿੱਚ। ਹੁਣ ਆਪਾਂ ਫਿਰ ਢੱਕ ਦੇਣਾ ਇਹਨੂੰ, ਥੋੜ੍ਹਾ ਜਿਹਾ ਹੋਰ ਰਿਝਾ ਲੈਣੇ ਆਪਾਂ ਆਲੂ। ਆਲੂ ਦੇਖੋ ਆਪਣੇ ਰਿੱਝ ਗਏ ਹੋਏ ਆ ਹੁਣ, ਹੁਣ ਆਪਾਂ ਇਹਨੂੰ ਮੈਸ਼ ਕਰ ਦੇਣਾ ਚੰਗੀ ਤਰ੍ਹਾਂ। ਮੈਸ਼ਰ ਨਾ ਆਪਾਂ ਇਹਦੇ ਵਿੱਚ ਮੈਸ਼ ਕਰ ਦਾਂਗੇ। ਤੁਹਾਡੇ ਕੋਲ ਮੈਸ਼ਰ ਨਹੀਂ ਹੈਗਾ ਤਾਂ ਤੁਸੀਂ ਉੱਦਾਂ ਵੀ ਚਮਚੇ ਕੜਛੀ ਵਗੈਰਾ ਨਾਲ ਵੀ ਕਰ ਸਕਦੇ ਹੋ, ਇਹ ਨਾਲ ਥੋੜ੍ਹਾ ਆਸਾਨੀ ਨਾਲ ਹੋ ਜਾਂਦਾ ਆ। ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਧਨੀਆ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ ਪਾਇਆ ਆ ਆਪਾਂ ਨੇ, ਅਤੇ ਕਸੂਰੀ ਮੇਥੀ ਪਾਵਾਂਗੇ ਆਪਾਂ ਥੋੜ੍ਹੀ ਜਿਹੀ ਬਸ। ਇਹਨੂੰ ਮੈਸ਼ ਕਰਕੇ ਹੁਣ ਗੈਸ ਆਪਣਾ ਬੰਦ ਕਰਤਾ ਹੋਇਆ ਆ, ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਅਤੇ ਠੰਡਾ ਕਰ ਲਾਂਗੇ ਥੋੜ੍ਹਾ ਜਿਹਾ। ਹੁਣ ਆਪਾਂ ਠੰਡਾ ਹੋ ਗਿਆ ਆਪਣਾ, ਇਹ 'ਚ ਭਰਾਂਗੇ ਆਪਾਂ ਸ਼ਿਮਲਾ ਮਿਰਚ ਦੇ ਵਿੱਚ ਭਰ ਦਾਂਗੇ ਚੰਗੀ ਤਰ੍ਹਾਂ ਮਸਾਲਾ, ਚੰਗੀ ਤਰ੍ਹਾਂ ਦਵਾ ਦਵਾ ਕੇ ਪੂਰਾ ਚੰਗੀ ਤਰ੍ਹਾਂ ਭਰ ਦੇਣਾ ਇਹਦੇ 'ਚ।
ਕਿਉਂਕਿ ਮਸਾਲਾ ਆਪਣੇ ਕੋਲ ਬਹੁਤ ਬਣਿਆ ਹੋਇਆ, ਫਿਲਿੰਗ ਜਿਹੜੀ ਬਚ ਜੂਗੀ ਆਪਾਂ ਇਹਨੂੰ ਪਰੌਂਠੇ 'ਚ ਵੀ ਪਾਉਣ ਲਈ ਵਰਤ ਸਕਦੇ ਹਾਂ। ਸਾਰੀਆਂ ਮਿਰਚਾਂ ਆਪਾਂ ਭਰ ਲਵਾਂਗੇ ਇੱਦਾਂ ਚੰਗੀ ਤਰ੍ਹਾਂ। ਹੁਣ ਚਮਚ ਦੀ ਡੰਡੀ ਦੇ ਨਾਲ ਆਪਾਂ ਕਰ ਲਾਂਗੇ, ਹੱਥ ਨਾਲ ਵੀ ਕਰ ਸਕਦੇ ਹਾਂ ਆਪਾਂ। ਸਾਰਾ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਭਰ ਲੈਣਾ ਦਬਾ ਦਬਾ ਕੇ। ਸਾਰੀਆਂ ਮਿਰਚਾਂ ਆਪਾਂ ਭਰ ਲਈਆਂ, ਇਹ ਦੇਖੋ ਆਪਾਂ ਇਹਨੂੰ ਹੱਥ ਨਾਲ ਦਬਾ ਦੇਣਾ ਹੁਣ, ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਸਾਰੀਆਂ, ਚੰਗੀ ਤਰ੍ਹਾਂ ਦਬਾ ਕੇ ਭਰ ਲਈਆਂ ਹੋਈਆਂ। ਉੱਧਰ ਆਪਣਾ ਤੇਲ ਗਰਮ ਹੋ ਗਿਆ ਹੋਇਆ ਪੈਨ ਦੇ ਵਿੱਚ, ਸ਼ੈਲੋ ਫਰਾਈ ਕਰਾਂਗੇ ਆਪਾਂ ਇਹਨੂੰ ਹੁਣ। ਤੇਲ ਵਿੱਚ ਬਹੁਤ ਜ਼ਿਆਦਾ ਪਾਣੀ ਉਹ ਛਿੱਟੇ ਪੈ ਰਹੇ ਆ, ਇਸ ਕਰਕੇ ਬਹੁਤ ਬਚਾ ਕੇ ਕਰਨਾ, ਕਿਉਂਕਿ ਸ਼ਿਮਲਾ ਮਿਰਚ ਥੋੜ੍ਹੀ ਗਿੱਲੀ ਸੀ ਆਪਣੀ। ਹੁਣ ਇਹਨੂੰ ਆਪਾਂ ਇੱਦਾਂ ਹੀ ਉਲਟਾ ਉਲਟਾ ਕੇ ਕਰ ਲਾਂਗੇ, ਮਸਾਲਾ ਵਿੱਚੋਂ ਨਿਕਲੂਗਾ ਨਹੀਂ, ਕਿਉਂਕਿ ਆਪਾਂ ਆਲੂ ਪਾਏ ਆ ਨਾ, ਆਲੂ ਨਾਲ ਚੰਗੀ ਤਰ੍ਹਾਂ ਬਾਇੰਡ ਹੋਇਆ ਇਹ, ਸਾਰਾ ਮਸਾਲਾ ਦੇ ਵਿੱਚ ਹੀ ਰਹੂਗਾ ਇਹਦੇ। ਇਹਨੂੰ ਆਪਾਂ ਸਾਰਾ ਹਿਲਾ ਹਿਲਾ ਕੇ ਸਾਰੇ ਪਾਸੇ ਮਿਰਚਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਆ। ਹੁਣ ਡੀਪ ਫਰਾਈ ਨਹੀਂ ਕਰਨਾ ਹੈਗਾ ਆਪਾਂ ਨੇ, ਬਸ ਸ਼ੈਲੋ ਫਰਾਈ ਕਰ ਲਾਂਗੇ, ਆਰਾਮ ਨਾਲ ਹੋ ਜਾਣੀਆਂ ਨੇ ਇਹ, ਕਿਉਂਕਿ ਸ਼ਿਮਲਾ ਮਿਰਚ ਤਾਂ ਵੈਸੇ ਬਹੁਤ ਜਲਦੀ ਬਣ ਜਾਂਦੀ ਆ, ਟਾਈਮ ਨਹੀਂ ਲੱਗਦਾ ਇਹਨੂੰ। ਚੰਗੀ ਤਰ੍ਹਾਂ ਆਪਾਂ ਇਹਨੂੰ ਕਰਾਂਗੇ, ਕਿਉਂਕਿ ਜੇ ਆਪਾਂ ਥੋੜ੍ਹੀ ਹਰੀ ਹਰੀ ਰੱਖ ਲਈ ਤਾਂ ਕੱਚੀ ਕੱਚੀ ਰਹੂਗੀ, ਕਿਉਂਕਿ ਅੰਦਰਲੇ ਪਾਸਿਓਂ ਫਿਰ ਇਹ। ਬਾਕੀ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਵੇਂ ਕਰ ਸਕਦੇ ਹੋ, ਪਰ ਇਹ ਚੰਗੀ ਤਰ੍ਹਾਂ ਰਿੱਝੀ ਹੋਈ ਜ਼ਿਆਦਾ ਵਧੀਆ ਲੱਗਦੀ ਆ। ਸਾਰੀ ਉਲਟਾ ਉਲਟਾ ਕੇ ਆਪਾਂ ਕਰ ਲੈਣੀ ਆ ਇਹ। ਫਰੈਂਡ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ, ਚੈਨਲ ਮੇਰਾ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ, ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦੱਬੋ। ਤੁਹਾਨੂੰ ਕੋਈ ਕਮੀ ਲੱਗਦੀ ਉਹ ਵੀ ਦੱਸੋ, ਤੁਸੀਂ ਆਪਣੀ ਸੁਜੈਸ਼ਨ ਵੀ ਦੇ ਸਕਦੇ ਹੋ ਤੁਸੀਂ ਕਿ ਕਿਵੇਂ ਕਰਨਾ ਆ। ਮਿਰਚਾਂ ਦੇਖੋ ਆਪਣੀਆਂ ਹੋ ਚੱਲੀਆਂ ਨੇ, ਬਹੁਤ ਜਲਦੀ ਹੋ ਗਈਆਂ, ਬਹੁਤ ਟਾਈਮ ਨਹੀਂ ਲੱਗਿਆ ਇਹਨਾਂ ਨੂੰ, ਸਾਰੇ ਪਾਸੇ ਆਪਾਂ ਨੇ ਚੰਗੀ ਤਰ੍ਹਾਂ ਕਰ ਲਿਆ ਇਹਨਾਂ ਨੂੰ, ਕਿਉਂਕਿ ਕੱਚੀਆਂ ਨਾ ਲੱਗਣ ਆਪਾਂ ਨੂੰ ਇਹ। ਚੰਗੀ ਤਰ੍ਹਾਂ ਫਰਾਈ ਕਰਨਾ ਹੈ ਆਪਾਂ ਇਹਨਾਂ ਨੂੰ, ਅਤੇ ਪੁੱਠੇ ਮੁੱਧੀ ਪਾ ਕਰਕੇ ਆਪਾਂ ਦੂਜੇ ਪਾਸੇ ਮੂਹਰੇ ਵੀ ਕਰ ਲਈ ਚੰਗੀ ਤਰ੍ਹਾਂ, ਕਿਉਂਕਿ ਮਸਾਲਾ ਨਿਕਲੂਗਾ ਨਹੀਂ ਵਿੱਚੋਂ, ਮਸਾਲਾ ਚੰਗੀ ਤਰ੍ਹਾਂ ਬਾਇੰਡ ਹੋਇਆ ਵਿੱਚ ਉਹਦੇ। ਮਿਰਚ ਆਪਣੀ ਤਕਰੀਬਨ ਤਿਆਰ ਹੋ ਗਈਆਂ ਨੇ, ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਵਿੱਚੋਂ। ਸਾਰੀਆਂ ਆਪਾਂ ਪਲੇਟ 'ਚ ਕੱਢ ਲਾਂਗੇ। ਬਹੁਤ ਵਧੀਆ ਮਿਰਚ ਬਣ ਗਈ ਆਪਣੀ, ਤਿਆਰ ਹੋ ਗਈ ਸ਼ਿਮਲਾ ਮਿਰਚ। ਇਹਨੂੰ ਪਰੌਂਠੇ ਨਾਲ ਖਾ ਸਕਦੇ ਹਾਂ ਆਪਾਂ, ਰੋਟੀ ਨਾਲ ਖਾ ਸਕਦੇ ਹਾਂ। ਦੇਖੋ ਕਿੰਨੀ ਵਧੀਆ ਤਿਆਰ ਹੋ ਗਈ, ਤੁਸੀਂ ਹੁਣ ਇੱਦਾਂ ਜ਼ਰੂਰ ਬਣਾਇਓ ਅਤੇ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ। ਓਕੇ, ਥੈਂਕਸ ਫੋਰ ਵਾਚਿੰਗ।